ਚਲੋ ਜੀ, ਪਰਸੋਂ ਪਤਾ ਲੱਗਾ 21 ਤਰੀਕ ਨੂੰ 9 ਵਜੇ ਸਵੇਰੇ ਵੀ ਸੀਰੀਅਸ ਬੱਚਾ ਤੁਹਾਡਾ ਡਿਊਟੀ ਜੀ ਰੰਗੀ ਆਈ ਜੀ 16 ਸਿੱਖ ਤੇਜਪੁਰ ਲੱਗ ਗਏ। ਡਿਊਟੀ ਕਰਦਿਆਂ ਨੂੰ ਜੀ 1 ਮਹੀਨਾ 20 ਦਿਨ ਘੱਟ ਵਾ 13 ਸਾਲ ਨੌਕਰੀ ਹੋਣ ਪਰਿਵਾਰ 'ਚ 2 ਮੇਰੇ ਪੋਤਰੇ ਜੀ, 1 ਮੇਰੀ ਨੂੰਹ, 1 ਮੇਰੀ ਮਾਤਾ, ਅਸੀਂ ਦੋਵੇਂ ਜੀ। ਸਾਨੂੰ ਪਰਸੋਂ ਪਤਾ ਲੱਗਾ 21 ਤਰੀਕ ਨੂੰ। ਸੁਭਾਅ ਬਹੁਤ ਵਧੀਆ ਹੈ, ਬਹੁਤ ਵਧੀਆ ਹੈ, ਘਰ ਬਹੁਤ ਵਧੀਆ, ਮੇਰੇ ਨਾਲ ਬਹੁਤ ਜ਼ਿਆਦਾ ਰੱਖਦਾ ਹੈ, ਭਤੀਜਾ ਮੈਂ ਚਾਚਾ ਹੋਣਾ ਸਕਦਾ। ਹਾਂਜੀ, ਮੇਰੇ ਨਾਲ ਬਹੁਤ ਕਰਦਾ ਸੀ, ਉਹਨਾਂ ਆਪਣੇ ਡੈਡੀ ਨਾਲ ਕਰਦਾ, ਜਿੰਨਾ ਮੇਰੀ ਗੱਲ ਮੰਨਦਾ, ਹਰ ਗੱਲ ਮੰਨਦਾ ਮੇਰੇ ਸਾਰੇ। ਕਿਹਨਾਂ ਦਾ ਜੀ? ਗਗਨਦੀਪ ਸਿੰਘ। ਹਾਂਜੀ, ਮੈਂ ਨਿੱਕਾ ਪਾਲਿਆ, ਬੜਾ ਔਖਾ ਪਾਲਿਆ, ਬੁਰਕਿਆਂ ਦੇ ਪਾਲਿਆ ਮੈਂ। ਹਾਂਜੀ, ਨਹੀਂ ਇਹ ਫਿਰ 2 ਡੈਡੀ ਫੌਜੀ, ਇਹਦਾ ਚਾਚਾ ਫੌਜੀ ਇੱਕ, ਅਤੇ ਮੈਂ ਕਹਿੰਦਾ ਵਾਹੀ ਕਰਦਾ ਹਾਂ, 2 ਭਰਾ ਮੇਰੇ ਫੌਜੀ ਸੀਗੇ। ਹਾਂਜੀ, ਇਹਨਾਂ ਦੇ ਦਾਦੀ ਆ, ਇਹਦੀ ਮੰਮੀ ਆ, ਡੈਡੀ ਆ, ਛੋਟਾ ਭਰਾ ਵਾ, ਅਤੇ 2 ਬੇਟੇ ਕਰਦੀ ਆ ਇਹਦੀ। ਲਾਸਟ ਵਾਲੀ ਗੱਲ ਹੁੰਦੀ ਰਹਿੰਦੀ ਇਸ ਤਰ੍ਹਾਂ ਦੀ। ਹਾਂਜੀ, ਉਦੋਂ 11 ਵਜੇ ਗੱਲ ਹੋਈ, ਪਰਸੋਂ 20 ਤਰੀਕ ਨੂੰ 11 ਵਜੇ ਗੱਲ, ਫਿਰ ਨਹੀਂ ਗੱਲ ਹੋਈ। ਹਾਂਜੀ, 1 10 ਸਾਲ ਆ, 1 ਦੀ 5 ਸਾਲ ਆ। ਹਾਂਜੀ ਹਾਂਜੀ, ਇਹਨੂੰ ਉਮਰ 31 ਸਾਲ ਉਮਰ ਸਾਰੀ। ਮੇਰਾ ਸੁਖਦਰ ਬਲਜੀਤ ਸਿੰਘ, 16 ਸਿੱਖ ਬਟਾਲੀਅਨ ਸਾਡੀ, ਇਹ ਆਸਾਮ ਦੇ, ਇਹਦਾ ਕਰਮ ਥੋੜ੍ਹਾ ਇੱਕ ਇਹਦੇ ਪੱਥਰੀ ਸੀ, ਉਹਦੀ ਪੱਥਰੀ ਦੇ ਪੇਂਟ ਸਨ ਨਾ ਸਹਿਣ ਹੋਣ ਕਾਰਨ ਇਹਦੇ ਥੋੜ੍ਹੇ ਅੰਦਰਲੇ ਜਿਹੜੇ ਸਿਸਟਮ ਸੀ ਉਹ ਡਾਊਨ ਹੋ ਗਏ, ਅਤੇ ਬੀ ਪੀ ਜਿਹੜਾ ਇਹਦਾ ਅਪ ਨਹੀਂ ਹੋਇਆ, ਬੀ ਪੀ ਅਪ ਨਾ ਹੋਣ ਕਾਰਨ, ਅਤੇ ਡਾਕਟਰਾਂ ਨੇ ਬਹੁਤ ਕੋਸ਼ਿਸ਼ ਕੀਤੀ ਹੈ, ਅਤੇ ਇਸ ਕਾਰਨ ਇਹਦੀ ਡੈਥ ਹੋਈ।
ਹਾਂ ਸਰਕਾਰੀ ਸਮਾਨਾਂ ਨੇ ਇੱਕ ਪਲਟਨ ਦਾ ਬਹੁਤ ਵਧੀਆ ਹੀਰਾ ਐਨ ਸੀ ਓ ਸੀ ਸਾਡਾ, ਅਤੇ ਸਾਨੂੰ ਪਲਟਨ ਨੂੰ ਇੰਨਾ ਕੁ ਘਾਟਾ ਪਿਆ ਵਾ, ਸਾਡੇ ਸੀ ਓ ਸਾਹਿਬ ਉੱਤੋਂ ਵਾਰ ਵਾਰ ਇਹੋ ਫੋਨ ਕਰ ਰਿਹਾ ਵੀ ਜੋ ਵੀ ਕੋਈ ਕਾਰਵਾਈ ਹੋ ਸਕਦੀ ਆ ਵਧੀਆ ਵਧੀਆ ਇੱਥੇ ਕਾਰਵਾਈ ਕਰਾਉਣੀ ਆ। ਉਹ ਬਾਕੀ ਅਸੀਂ ਪਰਿਵਾਰ ਨੂੰ ਤਾਂ ਇੰਨਾ ਨਹੀਂ ਕੁਝ ਕਰ ਸਕਦੇ ਵੀ ਪਰਿਵਾਰ ਨੂੰ ਤਾਂ ਘਾਟਾ ਜਿਹੜਾ ਪਿਆ ਪਿਆ, ਸਾਡੀ ਬਟਾਲੀਅਨ ਨੂੰ ਇੰਨਾ ਕੁ ਜ਼ਿਆਦਾ ਘਾਟਾ ਪੈ ਗਿਆ ਨਾ ਵੀ ਅਸੀਂ ਸਹਿਣ ਨਹੀਂ ਕਰ ਸਕਦੇ। ਸਾਡੇ ਐਸ ਐਮ ਸਾਹਿਬ ਇੱਥੇ ਆਏ ਹੋਏ ਨੇ, ਸੀ ਓ ਸਾਹਿਬ ਉੱਥੋਂ ਕਰ ਰਹੇ ਆ, ਫੀਡ ਕਰ ਰਹੇ ਆ। ਇੱਥੇ ਸਾਡੇ ਅਫਸਰ ਸਾਹਿਬ ਆਉਣ, ਦੋ ਲੈਫਟੀਨੈਂਟ ਸਾਹਿਬ, ਕੈਪਟਨ ਸਾਹਿਬ, ਇੱਕ ਲੈਫਟੀਨੈਂਟ ਕਰਨਲ ਸਾਹਿਬ ਆਏ ਆ, ਅਤੇ ਬਾਕੀ ਹੋਰ ਸਾਡੇ ਸਿੱਖ ਰੈਜੀਮੈਂਟ ਦੇ ਜਿਹੜੇ ਆ ਉਹ ਵੀ ਆਣ ਕੇ ਸਨਮਾਨ ਕੀਤਾ ਹੈ। ਇਹਨਾਂ ਦਾ ਨਾਇਕ ਗਗਨਦੀਪ ਸਿੰਘ, ਪਹਿਲਾਂ ਇਹਨਾਂ ਨੇ ਐਸ ਪੀ ਕੰਪਨੀ 'ਚ ਕੀਤੀ ਸੀ ਡਿਊਟੀ, ਅਤੇ ਮਾਟਰ ਪਹਿਲਾਂ ਸਿਗਨਲ ਪਲਟੂਨ ਦੇ ਵਿੱਚ ਰਹੇ, ਬਾਅਦ ਵਿੱਚ ਇਹਨਾਂ ਨੇ ਬਰੇਓ ਕੰਪਨੀ ਦੇ ਵਿੱਚ ਡਿਊਟੀ ਕੀਤੀ ਔਰ ਬਹੁਤ ਹੀ ਹੋਣਹਾਰ ਐਨ ਸੀ ਹੋਈ ਇਹਨਾਂ ਦਾ।